मन नहीं रही सरकार अज फिर जिस करके किसान जथेबंदियों को 26 तरीक का प्रोग्राम देना पाया कि लगता अज के प्रोग्राम तो बाद सरकार के कोई सिर पर जू सरकेगी नहीं मैनू तो मना के छड़ांगे जी असीं हाँ मोदी का की तो बड़े बड़े मना के छड़ांगे हुण ये तो मूहरे जिवें कहिंदी चमचा हुंदा चमचा रख्या होया ਇਹ ਹੁਣ ਵਿਚਾਲੇ ਫਸ ਗਿਆ ਆਉਣ ਵਾਲੇ ਇਲੈਕਸ਼ਨਾਂ 'ਚ ਵੀ ਪਤਾ ਲੱਗ ਹੀ ਜਾਊ ਇਹਨੂੰ ਕੀ ਆ ਕੀ ਨਹੀਂ ਇਸ ਸੰਘਰਸ਼ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਦੀ ਅੱਤਵਾਦੀ ਕਿਹਾ ਗਿਆ ਕਦੀ ਅਨਪੜ੍ਹ ਕਿਹਾ ਗਿਆ ਬਹੁਤ ਕੁਝ ਕਿਹਾ ਗਿਆ ਕਿਉਂ ਸਰਕਾਰਾਂ ਇਦਾਂ ਕਰਦੀਆਂ ਇਹਦਾ ਜੀ ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ ਆ ਅੱਜ ਬੰਦ ਕੀਤਾ ਵਾ ਹੋ ਸਕਦਾ ਜੀ ਹਫ਼ਤੇ ਲਈ ਬੰਦ ਕਰਦੀ ਹੈ ਸਾਡੇ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਹੈ ਕਿ ਕਿਸਾਨਾਂ ਵਾਸਤੇ ਖੜਨਾ ਜੀ ਜ਼ਮੀਰ ਪੂਰੀ ਜਾਗਦੀ ਹੈ ਜ਼ਮੀਨ ਚਾਹੇ ਨਾ ਹੋਵੇ ਹਿਮਾਚਲ 'ਚ ਜ਼ਮੀਨ ਹੈਗੀ ਹੈ ਕੁਝ ਉਪਜਾਊ ਹੈਗੀ ਕੁਝ ਨਹੀਂ ਉਪਜਾਊ ਹੈਗੀ ਸਤਿ ਸ਼੍ਰੀ ਅਕਾਲ ਤੁਸੀਂ ਤੇ ਮੈਂ ਹਾਂ ਸਨਮਜੀਤ ਸਿੰਘ ਪੱਲਾ ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਹਰੇਕ ਵਰਗ ਦੇ ਲੋਕ ਅੱਜ ਸੜਕਾਂ ਤੇ ਉਤਰੇ ਹੋਏ ਨੇ ਨੈਸ਼ਨਲ ਹਾਈਵੇ ਦਾ ਇਹ ਪੁੱਲ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਪੁੱਲ ਨੂੰ ਕਿਸ ਤਰ੍ਹਾਂ ਗੱਡੀਆਂ ਲਾ ਕੇ ਟਰੈਕਟਰ ਲਾ ਕੇ ਜਾਮ ਕਰ ਦਿੱਤਾ ਗਿਆ ਤੇ ਨੌਜਵਾਨਾਂ ਦੇ ਵੱਲੋਂ ਇਹ ਕੀਤਾ ਗਿਆ ਬਜ਼ੁਰਗ ਵੀ ਬੈਠੇ ਹੋਏ ਨੇ ਪਰ ਨਾਲ ਇੱਥੇ ਵੱਧ ਤੋਂ ਵੱਧ ਜਿਹੜੀ ਗਿਣਤੀ ਆ ਉਹ ਨੌਜਵਾਨਾਂ ਦੀ ਦੇਖਣ ਨੂੰ ਮਿਲ ਰਹੀ ਹੈ ਚਾਹੇ ਜਿਹੜੇ ਮੁਲਾਜ਼ਮ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ ਮੁਲਾਜ਼ਮਾਂ ਨੂੰ ਜਿਹੜਾ ਇਸ ਛੋਟ ਦਿੱਤੀ ਜਾਵੇ ਭਾਰਤ ਬੰਦ ਤੋਂ ਤੇ ਉਸੇ ਤਰ੍ਹਾਂ ਹੀ ਦਿੱਤੀ ਵੀ ਜਾ ਰਹੀ ਹੈ ਨੌਜਵਾਨ ਸਾਡੇ ਨਾਲ ਮੌਜੂਦ ਨੇ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ 4-5 ਮਹੀਨੇ ਹੋ ਗਏ ਦਿੱਲੀ 'ਚ ਉੱਥੇ ਬੈਠੇ 121ਵਾਂ ਦੇਣਾ ਅੱਜ ਸਿੰਘੂ ਬਾਰਡਰ 'ਤੇ ਸੰਘਰਸ਼ ਜਾਰੀ ਹੈ ਮੰਨ ਨਹੀਂ ਰਹੀ ਸਰਕਾਰ ਅੱਜ ਫਿਰ ਜਿਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਇਹ 26 ਤਰੀਕ ਦਾ ਪ੍ਰੋਗਰਾਮ ਦੇਣਾ ਪਿਆ ਕੀ ਲੱਗਦਾ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਸਰਕਾਰ ਦੇ ਕੋਈ ਸਿਰ 'ਤੇ ਜੂ ਸਰਕੇਗੀ ਹਾਂਜੀ ਜੂ ਕਿਉਂ ਨਹੀਂ ਸੜਕੇਗੀ ਉਹਨੂੰ ਮੰਨਣਾ ਪੈਣਾ ਵਾ ਨਹੀਂ ਮੈਨੂੰ ਤਾਂ ਮਨਾ ਕੇ ਛੱਡਾਂਗੇ ਜੀ ਅਸੀਂ ਹਾਂ ਮੋਦੀ ਦਾ ਕੀ ਉਹ ਤੋਂ ਵੱਡੇ ਵੱਡੇ ਮਨਾ ਕੇ ਛੱਡਾਂਗੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਇਹਦੇ ਨਾਲ ਤਾਂ ਅੱਜ ਬਹੁਤ ਜ਼ਿਆਦਾ ਪ੍ਰੈਸ਼ਰ ਪੈਣਾ ਉਹਦੇ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈਣਾ ਹਾਂਜੀ ਸਮਰਥਨ ਕਰਦੇ ਹੋ ਪੂਰਾ ਬਿਲਕੁਲ ਜੀ ਬਿਲਕੁਲ ਲੋਕ ਸਹਿਯੋਗ 4 ਮਹੀਨਿਆਂ ਤੋਂ ਸਮਰਥਨ ਕਰ ਰਹੇ ਹਾਂ ਜੀ ਹਾਂਜੀ 4 ਮਹੀਨੇ ਤੋਂ ਸਮਰਥਨ ਕਰ ਰਹੇ ਹਾਂ ਦਿੱਲੀ ਦੇ ਵਿੱਚ ਵੀ ਬੈਠੇ ਹਾਂ ਹੁਣ ਅੱਜ ਦੇਖ ਲਓ ਇੱਥੇ ਬੈਠੇ ਹਾਂ ਭਾਈ ਜੀ ਜਿਸ ਤਰ੍ਹਾਂ ਜਦੋਂ ਵੀ ਕੋਈ ਵੀ ਸੰਘਰਸ਼ ਸ਼ੁਰੂ ਹੁੰਦਾ ਤਾਂ ਸਰਕਾਰਾਂ ਜਿਹੜੀਆਂ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੀਆਂ ਇਸ ਸੰਘਰਸ਼ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਕਦੀ ਅੱਤਵਾਦੀ ਕਿਹਾ ਗਿਆ ਕਦੀ ਅਨਪੜ੍ਹ ਕਿਹਾ ਗਿਆ ਬਹੁਤ ਕੁਝ ਕਿਹਾ ਗਿਆ ਕਿਉਂ ਸਰਕਾਰਾਂ ਇਦਾਂ ਕਰਦੀਆਂ ਇਹਦਾ ਜੀ ਜਿੰਨੇ ਮੂੰਹ ਨੇ ਉਨੀਆਂ ਗੱਲਾਂ ਨੇ ਠੀਕ ਹੈ ਜੀ ਜੋ ਮਰਜ਼ੀ ਕਹੀ ਜਾਣ ਅੱਤਵਾਦੀ ਕਹਿ ਦੇਣ ਅਸੀਂ ਤਾਂ ਕਾਲੇ ਕਾਨੂੰਨ ਆ ਜਿਹੜੇ ਇਹ ਵਾਪਸ ਕਰਾਉਣੇ ਹੀ ਕਰਾਉਣੇ ਆ ਕਰਵਾ ਕੇ ਹੀ ਜਾਵਾਂਗੇ ਠੀਕ ਹੈ ਜੀ ਤੇ 3-4 ਮਹੀਨੇ ਤੋਂ ਲੱਗੇ ਹੋਏ ਆ ਜਾਰੀ ਆ ਜਾਂਗੇ ਸਾਡੀ ਉਹਨਾਂ ਨਾਲ ਵਾਪਸ ਕਰਨਗੇ ਤਾਂ ਆਵਾਂਗੇ ਨਹੀਂ ਦਿੱਲੀ ਬੈਠੇ ਆ ਜਾ ਕੇ ਬੈਠਾਂਗੇ ਆ ਅੱਜ ਬੰਦ ਕੀਤਾ ਵਾ ਹੋ ਸਕਦਾ ਜੀ ਹਫ਼ਤੇ ਲਈ ਬੰਦ ਕਰ ਦਈਏ ਇਹ ਕੋਈ ਮਤਲਬ ਹੈ ਨਹੀਂਗਾ ਅਣਮਿੱਥੇ ਸਮੇਂ ਤੱਕ ਵੀ ਕਰ ਸਕਦੇ ਹਾਂ ਅਸੀਂ ਕੋਈ ਹੈ ਨਹੀਂ ਮੋਦੀ ਸਰਕਾਰ ਇਹ ਇੱਕ ਦਿਨ ਨਾਲ ਹੀ ਉਹਨੂੰ ਇੰਨਾ ਕੁ ਫਰਕ ਪੈ ਜਾਣਾ ਬਹੁਤ ਜ਼ਿਆਦਾ ਦੇਖੂਗਾ ਅੱਜ ਵੀ ਇਹ ਕੀ ਕਰ ਰਹੇ ਨੇ ਕਿਸਾਨ ਪਹਿਲਾਂ ਵੀ ਇਸ ਤੋਂ ਪਹਿਲਾਂ ਬਹੁਤ ਪ੍ਰੋਗਰਾਮ ਕਿਸਾਨ ਜਥੇਬੰਦੀਆਂ ਨੇ ਦਿੱਤੇ ਪਰ ਹੁਣ ਲੱਗਦਾ ਕਿ ਸਰਕਾਰ ਨੂੰ ਕੋਈ ਪਰਵਾਹ ਨਹੀਂ ਹੈਗੀ ਕਿ ਕਿਸਾਨ ਬੈਠੇ ਨੇ ਬੈਠੇ ਰਹਿਣ ਜੇ ਸ਼ਹੀਦ ਹੁੰਦੇ ਨੇ ਸ਼ਹੀਦ ਹੋਈ ਜਾਣ ਨਹੀਂ ਪਰਵਾਹ ਤਾਂ ਕਿਉਂ ਨਹੀਂ ਜੀ ਇੱਕ ਮਤਲਬ ਉਹ ਫਸ ਗਿਆ ਅਡਾਨੀਆਂ ਬਾਨੀਆਂ ਦੇ ਮੂਹਰੇ ਉਹਨਾਂ ਦੇ ਚਮਚਾ ਇਹ ਚਮਚਾ ਕਰਕੇ ਮੂਹਰੇ ਫਸ ਗਿਆ ਠੀਕ ਆ ਅੰਦਰੋਂ ਤਾਂ ਬਹੁਤ ਜ਼ਿਆਦਾ ਔਖਾ ਇਹ ਠੀਕ ਆ ਜੀ ਚੱਲਦੀ ਮਗਰ ਉਹਨਾਂ ਦੀ ਆ ਹੁਣ ਇਹ ਤਾਂ ਮੂਹਰੇ ਜਿਵੇਂ ਕਹਿੰਦੀ ਚਮਚਾ ਹੁੰਦਾ ਚਮਚਾ ਰੱਖਿਆ ਹੋਇਆ ਇਹ ਹੁਣ ਵਿਚਾਲੇ ਫਸ ਗਿਆ ਆਉਣ ਵਾਲੇ ਇਲੈਕਸ਼ਨਾਂ 'ਚ ਵੀ ਪਤਾ ਲੱਗ ਹੀ ਜਾਊ ਇਹਨੂੰ ਕੀ ਆ ਕੀ ਨਹੀਂ ਹੈ ਨਾ ਅਤੇ ਬਾਕੀ ਤੁਸੀਂ ਆ ਸਾਰੇ ਪਤਾ ਹੀ ਆ ਸਮਰਥਨ ਦੇ ਰਹੇ ਹੋ ਹਾਂਜੀ ਤੁਸੀਂ ਬਾਈ ਜੀ ਕੀ ਕੰਮ ਕਰਦੇ ਹੋ ਮੈਂ ਜੌਬ ਕਰਦਾ ਜੀ ਕੁਝ ਆਪਣਾ ਪ੍ਰਾਈਵੇਟ ਜੌਬ ਵੀ ਹੈਗੀ ਹੈ ਬਿਜ਼ਨਸ ਵੀ ਹੈਗਾ ਤੇ ਇੱਕ ਪਾਸੇ ਤੁਸੀਂ ਜੌਬ ਕਰਦੇ ਹੋ ਤੇ ਦੂਜੇ ਪਾਸੇ ਇਹ ਕਿਸਾਨਾਂ ਦਾ ਇੱਥੇ ਸਮਰਥਨ ਹੈ ਕਿਉਂ ਜ਼ਰੂਰੀ ਸਮਝਿਆ ਕਿ ਅੱਜ ਇੱਥੇ ਤੁਹਾਡਾ ਸਮਰਥਨ ਦੇਣਾ ਜ਼ਰੂਰੀ ਹੈ ਚਿਪ ਚੁਪਸ ਖਾ ਕੇ ਕਿਸੇ ਦਾ ਹੱਲ ਨਹੀਂ ਹੋਣਾ ਦਾਲ ਰੋਟੀ ਮਿਲੂਗੀ ਕਿਸਾਨਾਂ ਭਾਈਆਂ ਵੱਲੋਂ ਬਣੂਗਾ ਕੁਝ ਤਾਂ ਹੀ ਆਪਣੇ ਬੱਚੇ ਪਲਣਗੇ ਨਹੀਂ ਤੇ ਆਉਣ ਵਾਲੇ ਟਾਈਮ 'ਚ ਬਾਈ ਏਜ ਦੀ ਵਿੱਚ ਹੀ ਬੱਚਿਆਂ ਦੇ ਤੋਲੇ ਆ ਜਾਣੇ ਆ ਬੁੱਢੇ ਹੋ ਜਾਣੇ ਆ ਕਿਉਂਕਿ ਅੰਨ ਪ੍ਰੋਪਰ ਮਿਲਣਾ ਨਹੀਂ ਹੈਗਾ ਉਹਨਾਂ ਨੂੰ ਜੋ ਇਹਨਾਂ ਦੇ ਸਮਰਥਨ 'ਚ ਪੰਜਾਬ ਮੈਂ ਹਿਮਾਚਲ ਤੋਂ ਬਿਲੋਂਗ ਕਰਦਾ ਹਿਮਾਚਲ ਵਾਸੀਆਂ ਨੂੰ ਉਹਦੇ ਵਿੱਚ ਇਹਦੇ ਖੜਨਾ ਚਾਹੀਦਾ ਅਸੀਂ ਉਹਨਾਂ ਦੇ ਕਹਿੰਦੇ ਹਾਂ ਜੀ ਹੁਣ ਦੇਖੋ ਜੋਬ ਕਰ ਰਹੇ ਹਾਂ ਬਿਜ਼ਨਸ ਹੈਗਾ ਈਸ਼ਾ ਨਗਰ ਆਪਣੀ ਸ਼ੋਪ ਹੈ ਉਹਨੂੰ ਸੀ ਅਸੀਂ ਬੰਦ ਕੀਤਾ ਹੋਇਆ ਕਿਉਂ ਕੀਤਾ ਹੋਇਆ ਇਹਨਾਂ ਵਾਸਤੇ ਕਿ ਸਪੋਰਟ ਕਰੋ ਅਤੇ ਦਿਲ ਤੋਂ ਪੂਰੀ ਕਰੋ ਇੱਕ ਲੋਕਡਾਊਨ ਦੇ ਵਿੱਚ 1.5 ਮਹੀਨਾ ਬੰਦ ਰਿਹਾ ਅੱਜ ਇੱਕ ਦਿਨ ਬੰਦ ਹੋਣ 'ਚ ਲੁਧਿਆਣਾ ਵਾਸੀਆਂ ਨੂੰ ਦੇਖੋ ਕੋਈ ਕੋਈ ਦਵਾਈ ਲੈ ਰਿਹਾ ਕੋਈ ਕੀ ਲੈ ਰਿਹਾ ਮੈਂ ਮੰਮੀ ਕੋਲ ਜਾਣਾ ਪਾਪਾ ਕੋਲ ਜਾਣਾ ਇਹ ਕੋਈ ਇੱਛਾ ਨਹੀਂ ਹੈਗੀ ਸਮਰਥਨ ਦੇਣਾ ਦਿਲੋਂ ਪੂਰਾ ਦਿਓ ਅਸੀਂ ਸਾਰਿਆਂ ਤੁਹਾਡੇ ਨਾਲ ਆ ਕੋਈ ਐਮਰਜੈਂਸੀ ਆ ਉਹਨੂੰ ਭੇਜ ਵੀ ਰਹੇ ਹਾਂ ਕੋਈ ਉਹਨਾਂ ਨੂੰ ਪਰੇਸ਼ਾਨੀ ਨਹੀਂ ਲੋਕੀ ਤੁਹਾਡੇ ਕੋਲ ਜ਼ਮੀਨ ਨਹੀਂ ਪਰ ਜ਼ਮੀਰ ਹੈ ਕਿ ਕਿਸਾਨਾਂ ਵਾਸਤੇ ਖੜਨਾ ਸੀ ਜ਼ਮੀਰ ਪੂਰੀ ਜਾਗਦੀ ਹੈ ਜ਼ਮੀਨ ਚਾਹੇ ਨਾ ਹੋਵੇ ਹਿਮਾਚਲ 'ਚ ਜ਼ਮੀਨ ਹੈਗੀ ਹੈ ਕੁਛ ਉਪਜਾਊ ਹੈਗੀ ਕੁਛ ਨਹੀਂ ਉਪਜਾਊ ਹੈਗੀ ਲੇਕਿਨ ਪਰ ਇੱਥੇ ਆਪਣੇ ਸਾਰੇ ਭਰਾ ਨੇ ਇਹਨਾਂ ਨਾਲ ਕੋਈ ਭੇਦਭਾਵ ਨਹੀਂ ਹੈਗਾ ਹਿੰਦੂ ਸਿੱਖ ਦਾ ਕੋਈ ਭੇਦਭਾਵ ਨਹੀਂ ਇਕੱਠੇ ਹਾਂ ਹੁਣ ਸਾਨੂੰ ਨਹੀਂ ਪਤਾ ਇੱਥੇ ਕੌਣ ਸਿੱਖ ਹੈ ਕੌਣ ਹਿੰਦੂ ਹੈ ਲੇਕਿਨ ਭਰਾ ਨੇ ਇਸ ਟਾਈਮ ਇਹਨਾਂ ਨੂੰ ਸਮਰਥਨ ਦੀ ਪੂਰੀ ਲੋੜ ਹੈ ਗੱਡੀ ਉਹ ਖੜੀ ਹੈ ਆਪਾਂ ਇੱਥੇ ਖੜ ਕੇ ਜਾਣਾ ਹੁਣ ਇਹਨਾਂ ਨੂੰ ਪਾਣੀ ਪੂਣੀ ਕੋਈ ਦਿੱਕਤ ਹੋਈ ਸਭ ਆ ਰਿਹਾ ਆਊਗਾ ਵੀ ਪੂਰਾ ਦਿਨ 6 ਵਜੇ ਤੱਕ ਖੜੇ ਹਾਂ
बाकी आने वाले टाइम च बाई जी जो कह देंगे आप खड़े हैं इतने आके। कई लोग अजे भी जो अपने घर बैठे जिस तरह तुम अपनी जॉब तो इतने चलो आए हो, कई लोग अजे भी सोच रहे हैं कि लोड है यार अपना काम करो, खुश रहो, ऐश करो, या कई जड़े अजे भी लोग ने जो कह देंगे कि किसान तो अन्नदाता ही नहीं है, असी 200 रुपये किलो भी आटा खरीद लेंगे। कुछ टाइम लिए खरीद सकते, बैंक तो लोन लैके कि देर गुजारा कर सकते हो, बैंक भी किस टाइम कुछ ऑब्जर्व करेगा थोड़े तो उस टाइम तुम की करोगे, उस टाइम ना तो किसी तो फंड ले सकते हो। हूँ कुछ लोगों को फंड हैगा तो कुछ अपने ये गल कर रहे हैं, जो नहीं होगा फिर इन्होंने को आएंगे, लेकिन उन्होंने को इन्हों भी हाथ खड़े हो चुके होंगे, कानून वापस हो जाएंगे सारे भारत वासियों लिए सही रहूगा, नहीं होंगे सारे तंग होंगे, अपने बच्चे भी होंगे, साढ़े भरा भी होंगे, मापे भी होंगे। भाई जी नौजवानों नशेड़ी कहा जाता सीगा पंजाब दे विच, कहिंदे सी कि नशेड़ी ने बंदूकां मदाका रखते ने या ये करते ने वो करते ने, उन्होंने नौजवानों ने अज दिखाता जो बैरीकेटिंग तोड़न की वारी आई सी जो दिल्ली चला रहा सीगा, उही नौजवानों ने अगे लग के बैरीकेटिंग तोड़ी सी, ते अज भी जिहड़ा भी किसान जथेबंदियां प्रोग्राम दिंदी उह नौजवान ही वध चढ़ के अगे लग के उन्हूं सफल बनाउंदे ने। भाई जी कहण नूं तां जो मर्जी कही जाणा, पर हुण इन्हां नूं इन्ना क पता लग गया कि पंजाब दे नौजवान की कुछ कर सकते हैं आने वाले टाइम च भी, तो इन्हां नूं हुण लग भी गया तो पता लगी भी जांदा ये चीज़ ते हुण नौजवान सिर पर लगता कि यह अंदोलन सफल होगा क्योंकि बजुर्गों का जोश से होश के नाल ही कहते हैं कि बजुर्गों का होश से नौजवानों का जोश चाहिए होंगे, तो दोनों रल के की लगता जितन। हाँ जी जितन जी वह जोश भी पूरा तो होश भी पूरी हूँ तो सब कुछ पता ही है, बाकी इन्हों लग भी गया वा कहू तो अत्तवादी बहुत कुछ कही जाते हैं, नौजवान अत्तवादी ने, डाकू ने, खाड़कू ने, है ना, कहू जो कहना कही जान साड़ी सेहत कोई असर नहीं, अभी जी जंग चल रही है जित के आना। हाँ जी बहुत बहुत धन्यवाद जी, तो तुम देखिए कि किस तरह नौजवान इतने भारत बंद का समर्थन कर रहे हैं, तो लगातार मोदी सरकार के खिलाफ अपनी भड़ास कर रहे हैं, तो इन्हों का कहना है कि इस भारत बंद को सफलता बनावे तो खेती कानूनों भी जो वापस करावे, तो दे रहे अपडेट से सामने जुड़े हुए कैमरामैन सतेंद्र मठौड़ के साथ सरमजीत सिंह ऑन एयर।